ਸੋ ਦੇਖੋ ਰਵਨੀਤ ਬਿੱਟੂ ਕੀ ਕਹਿ ਰਿਹਾ, ਮੈਨੂੰ ਵਾਰ ਵਾਰ ਤੁਸੀਂ ਹੁਣੇ ਛੱਡ ਦਿਓ। ਰਵਨੀਤ ਬਿੱਟੂ ਕੀ ਕਹਿ ਰਿਹਾ, ਰਵਨੀਤ ਬਿੱਟੂ ਰਾਤ ਨੂੰ ਕੁਝ ਹੋਰ ਕਹਿੰਦਾ, ਸੁਬਾਹ ਕੁਝ ਹੋਰ ਕਹਿੰਦਾ। ਰਵਨੀਤ ਬਿੱਟੂ ਜੀ ਨੇ ਇੱਕ ਗੱਲ ਕਹੀ ਸੀ, ਤੁਸੀਂ ਦੇਖੋ, ਮੈਂ ਪਹਿਲਾਂ ਵੀ ਤੁਹਾਨੂੰ ਕਹੀ, ਰਵਨੀਤ ਬਿੱਟੂ ਜੀ ਨੇ ਕਿਹਾ ਕਿ ਮੈਂ ਪਾਰਟੀ ਇਸ ਕਰਕੇ ਛੱਡੀ ਹੈ ਕਿ ਰਾਹੁਲ ਗਾਂਧੀ ਕਹਿ ਰਿਹਾ ਸੀਗਾ ਕਿ ਬੰਦੀ ਸਿੱਖਾਂ ਨੂੰ ਰਿਹਾਅ ਕਰ ਦਿਓ। ਮੈਂ ਆਪਣੇ ਪਿਤਾ ਦੇ ਕਾਤਲਾਂ ਨੂੰ ਰਿਹਾਅ ਕਰਤਾ, ਮੈਂ ਮਾਫ਼ ਕਰਤਾ, ਹੁਣ ਤੁਸੀਂ ਵੀ ਕਰੋ। ਅਤੇ ਮੇਰੀ ਜ਼ਮੀਰ ਨੇ ਇਜਾਜ਼ਤ ਨਹੀਂ ਦਿੱਤੀ, ਮੈਂ ਇਸ ਕਰਕੇ ਪਾਰਟੀ ਛੱਡਤੀ। ਹੁਣ ਉਹ ਕਹਿ ਰਿਹਾ ਕਿ ਮੈਨੂੰ ਬੰਦੀ ਸਿੱਖਾਂ ਦੇ ਵੀ ਗੋਤਰਾ। ਸੋ ਰਵਨੀਤ ਸਿੰਘ ਬਿੱਟੂ ਕੀ ਕਹਿੰਦੇ ਹੈ, ਮਾਣਯੋਗ ਮੰਤਰੀ ਸਾਹਿਬ, ਮੈਨੂੰ ਉਹਨਾਂ ਦੇ ਬਾਰੇ ਨਾ ਕੋਈ ਮੇਰਾ ਇੰਟਰਸਟ ਹੈ, ਨਾ ਮੈਂ ਉਸ ਮੁੱਦੇ 'ਤੇ ਕੋਈ ਗੱਲ ਕਰਨੀ ਚਾਹੁੰਦਾ। ਤੁਸੀਂ ਮੇਰੇ ਨਾਲ ਮੇਰੀ ਗੱਲ ਕਰੋ ਕਿ ਤੁਸੀਂ ਮੈਨੂੰ ਪੁੱਛੋ ਕੀ ਕਰਨਾ ਚਾਹੁੰਦਾ। ਦੇਖੋ ਗੱਲ ਇਹ ਆ, ਆਪਦੇ ਜਿਹੜੇ ਲੋਕ ਹੁੰਦੇ ਆ ਉਹਨਾਂ ਨੂੰ ਅਕਸਰ ਨਾਰਾਜ਼ਗੀਆਂ ਹੋ ਜਾਂਦੀਆਂ, ਪਰਿਵਾਰ 'ਚ ਨਾਰਾਜ਼ਗੀ ਨਹੀਂ ਹੁੰਦੀ। ਤੁਸੀਂ ਇੱਕ ਫੈਮਿਲੀ 'ਚ ਰਹਿੰਦੇ ਹੋ, ਉੱਥੇ ਨਾਰਾਜ਼ਗੀ ਹੋ ਜਾਂਦੀ ਹੈ। ਕੋਈ ਗੱਲ ਨਹੀਂ, ਅਗਰ ਨਾਰਾਜ਼ਗੀ ਉਹਨਾਂ ਨੇ ਜ਼ਾਹਿਰ ਕੀਤੀ ਹੈ ਤਾਂ, ਲੇਕਿਨ ਮੈਨੂੰ ਕੋਈ ਨਾਰਾਜ਼ਗੀ ਨਹੀਂ ਹੈ ਭਾਰਤ ਭੂਸ਼ਣ ਆਚਾਰੀਆ ਤੋਂ। ਮੈਂ ਇੱਕ ਪਰਿਵਾਰ ਦਾ ਮੁਖੀ ਹੈ ਔਰ ਮੈਂ ਰੋਜ਼ ਰਾਜਨੀਤੀ 'ਚ ਕਹਿੰਦਾ ਕਿ ਰਾਜਨੀਤੀ ਦੇ ਅੰਦਰ ਐਂਗਰ ਵਾਸਤੇ, ਗੁੱਸੇ ਵਾਸਤੇ ਕੋਈ ਜਗ੍ਹਾ ਨਹੀਂ। ਕੋਈ ਵਿਅਕਤੀ ਅਗਰ ਰਾਜਨੀਤੀ ਕਰਨਾ ਚਾਹੁੰਦਾ, ਉਹਨੂੰ ਗੁੱਸਾ ਤਿਆਗਣਾ ਪਏਗਾ, ਤਦ ਹੀ ਉਹ ਵਿਅਕਤੀ ਅੱਗੇ ਵੱਧ ਸਕਦਾ। ਰਾਜਾ ਵੜਿੰਗ ਨੂੰ ਆਪਣਾ ਗੁੱਸਾ, ਮੇਰੇ 'ਤੇ ਕੋਈ ਵੀ ਵਿਅਕਤੀ ਹੁਣ ਭੜਕ ਸਕਦਾ। ਇੱਥੇ ਆਏ ਲੋਕ ਉਹ ਕਹਿਣਗੇ 12 ਦਿਨ ਹੋ ਗਏ ਤੈਨੂੰ ਮਿਲਿਆ ਹੀ ਨਹੀਂ, 10 ਦਿਨਾਂ ਤੋਂ ਕਿੱਥੇ ਸੀ ਤੂੰ। ਸੋ ਮੈਂ ਉਹਨੂੰ ਸੁਣਨਾ। ਸੋ ਬੀਂਗ ਏ ਕਾਂਗਰਸ ਪਾਰਟੀ ਦਾ ਪ੍ਰਧਾਨ ਹੈ, ਰਾਜੇ ਵੜਿੰਗ 'ਤੇ ਬਹੁਤ ਸਾਰੇ ਲੋਕਾਂ ਨੂੰ ਗੁੱਸਾ ਹੋ ਸਕਦਾ, ਮੈਂ ਉਹਨਾਂ ਨੂੰ ਸਹਿਨਸ਼ੀਲਤਾ ਦੇ ਨਾਲ ਸੁਣਨਾ। ਜਿਹੜੇ ਰੁੱਸੇ ਹੋਏ ਸਾਥੀ ਮੇਰਾ ਕੋਈ ਰੁੱਸ ਗਿਆ, ਉਹਨੂੰ ਰਾਜੇ ਵੜਿੰਗ ਨੇ ਘਰ ਜਾ ਕੇ ਮਨਾਉਣ ਦਾ ਕੰਮ ਕਰਨਾ, ਮੇਰਾ ਕੰਮ ਹੀ ਇਹ। ਆਸ਼ੂ ਜੀ ਤਾਂ ਇਹ ਵੀ ਕਹਿ ਰਹੇ ਨੇ, ਕਹਿੰਦੇ ਕਿ ਸੋਸ਼ਲ ਮੀਡੀਆ 'ਤੇ ਆਪਣੀ ਪ੍ਰਚਾਰ ਕਰ ਰਹੇ ਨੇ, ਉਹ ਕਹਿੰਦੇ ਕਿ ਮੈਨੂੰ ਕਿਸੇ ਵੀ ਮੀਟਿੰਗ 'ਚ ਸੱਦਿਆ ਨਹੀਂ ਜਾਂਦਾ, ਜੇਕਰ ਸੱਦਿਆ ਜਾਵੇ ਤਾਂ ਜਾਣ ਨੂੰ ਤਿਆਰ ਨੇ। ਕੀ ਉਹਨਾਂ ਦੇ ਨਾਲ ਕੋਈ ਤਾਲਮੇਲ ਨਹੀਂ ਹੋਣਾ? ਨਹੀਂ ਨਹੀਂ ਨਹੀਂ, ਆਸ਼ੂ ਜੀ ਸਾਡੇ ਵਰਕਿੰਗ ਪ੍ਰਧਾਨ ਨੇ, ਸਾਡੇ ਵੱਡੇ ਭਰਾ ਨੇ। ਅੱਜ ਵੀ ਇਸ ਮੀਟਿੰਗ ਦਾ ਵੀ ਮੈਂ ਕਿਹਾ ਉਹਨਾਂ ਨੂੰ ਸੁਨੇਹਾ ਅਸੀਂ ਭੇਜਿਆ ਆਲਰੇਡੀ। ਜ਼ਰੂਰੀ ਨਹੀਂ ਹੈ ਯਾਰ, ਹੁਣ ਮਤਲਬ ਕਿ ਹੁਣ ਅਸੀਂ ਬੈਂਸ ਸਾਹਿਬ ਨੂੰ ਵੀ ਇੱਥੇ ਸੁਨੇਹਾ ਭੇਜਿਆ, ਸਾਡੇ ਸੱਠਾ ਜੀ ਹੁਣ ਆਏ ਉਹਨਾਂ ਨੂੰ ਵੀ ਅਸੀਂ ਭੇਜਿਆ, ਅਸੀਂ ਪਾਂਡੇ ਸਾਹਿਬ ਨੂੰ ਵੀ ਭੇਜਿਆ। ਕਈ ਵਾਰੀ ਕੋਈ ਵਿਅਕਤੀਆਂ ਨੂੰ ਆਪਣਾ ਕੰਮ ਹੁੰਦਾ ਇਸ ਗੱਲ ਤੋਂ, ਮੇਰਾ ਫਰਜ਼ ਆ ਬਤੌਰ ਏ ਮੈਂਬਰ ਆਫ ਪਾਰਲੀਮੈਂਟ ਹਰ ਵਿਅਕਤੀ ਨੂੰ ਮੈਂ ਸੁਨੇਹਾ ਭੇਜਾਂ, ਔਰ ਬੀਂਗ ਏ ਵਰਕਿੰਗ ਪ੍ਰਧਾਨ ਮੇਰਾ ਹੋਰ ਜ਼ਿਆਦਾ ਫਰਜ਼ ਬਣਦਾ ਨੇ। ਸੋ ਕੋਈ ਐਸੀ ਨਾਰਾਜ਼ਗੀ ਨਹੀਂ ਮਾੜੀ ਮੋਟੀਆਂ ਜੇ ਕੋਈ ਹੋਣੀ, ਮੈਨੂੰ ਨਹੀਂ ਇਸ ਗੱਲ ਬਾਰੇ ਜਾਣਕਾਰੀ ਨਹੀਂ ਹੈ ਜੋ ਤੁਸੀਂ ਕਹਿ ਰਹੇ ਹੋ। ਪੰਜਾਬ 'ਚ ਕਿਤੇ ਵੀ ਕੋਈ ਮੀਟਿੰਗ ਹੁੰਦੀ ਹੈ, ਸੱਦਿਆ ਨਹੀਂ ਜਾਂਦਾ, ਇੱਕ ਵਰਕਿੰਗ ਪ੍ਰਧਾਨ ਨੂੰ ਨਾਲ ਜਿਹੜਾ ਲਿਜਾਣਾ ਹੁੰਦਾ ਅਤੇ ਬਾਕੀ ਜਿਹੜੇ ਪ੍ਰਧਾਨਾਂ ਨੂੰ? ਉਹ ਤਾਂ ਤੁਸੀਂ ਕਹਿਣਾ ਸੀ ਨਾ ਕਿ ਹਰ ਜਿਹੜਾ ਪ੍ਰੋਗਰਾਮ ਹੋਇਆ ਬੀਂਗ ਏ ਵਰਕਿੰਗ ਪ੍ਰਧਾਨ 2.5 ਸਾਲਾਂ 'ਚ, ਆਸ਼ੂ ਜੀ ਹਰ ਉਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਸਨ, ਚਾਹੇ ਉਹ ਜਗਰਾਓਂ ਦੀ ਰੈਲੀ ਹੈ, ਚਾਹੇ ਉਹ ਲੁਧਿਆਣੇ ਦੇ ਧਰਨੇ ਸੀ, ਚਾਹੇ ਉਹ ਲੁਧਿਆਣੇ ਦੇ ਕੋਈ ਮੀਟਿੰਗਾਂ ਸੀ, ਤੁਸੀਂ ਆਪ ਲੋਕਾਂ ਨੇ ਦੇਖਿਆ। ਸੋ ਗਾਂ ਤੋਂ ਵੀ ਜੇ ਕਿਤੇ ਕੋਈ ਕਤਾਈ ਹੋਈ ਹੈ, ਮੈਂ ਬਤੌਰ ਪ੍ਰਧਾਨ ਇਸ ਗੱਲ ਦੀ ਨਿਗਾਹ ਰੱਖਾਂਗਾ ਕਿ ਕਿਸੇ ਪ੍ਰਕਾਰ ਦੀ ਕੋਈ ਕਤਾਈ ਨਾ ਹੋਵੇ, ਹਰ ਜਗ੍ਹਾ 'ਤੇ ਆਸ਼ੂ ਜੀ ਨੂੰ ਸੱਦਿਆ ਜਾਵੇ।